328 लोग जिहड़े ने वो बिना आईडी तो गए ने। ये नहीं दस रहे किसनू दिते असीं, ਇਹ ਜੇ ਸਕੱਤਰ ਦੇ ਕੰਨ ਖੁੱਲੇ ਨੇ। ਮੈਂ ਅੱਜ ਇੱਕ ਗੱਲ ਦੱਸਣ ਲੱਗਾ, ਇੱਕ ਸਰਾਂ ਪੂਰੀ ਦੀ ਪੂਰੀ ਸਰਾਂ ਜਿਹੜੀ ਆ ਉਹ ਪ੍ਰਕਾਸ਼ ਸਿੰਘ ਬਾਦਲ ਦੇ ਖਾਨਦਾਨ ਤੇ ਉਹਦੇ ਕੁੜਮਾਂ ਦੇ ਖਾਨਦਾਨ 'ਚ ਜਿਹੜੇ ਜਿੰਨੇ ਵੀ ਉਹ ਅੰਮ੍ਰਿਤਸਰ ਆ ਕੇ ਠਹਿਰਦੇ ਨੇ ਉਹਨਾਂ ਦੇ ਨਾਂ ਕੀਤੀ ਹੋਈ ਰਿਟਰਨ 'ਚ। ਟਰੱਕਾਂ ਦੇ ਟਰੱਕ ਜਿਹੜਾ ਘਿਓ ਹੁੰਦਾ ਉਹਦੇ 3 ਮਹੀਨੇ ਛੱਡਦੇ ਉਹ ਵੇਚ ਕੇ ਖਾ ਜਾਂਦੇ, ਜਿਹੜੀ ਬੋਰੀਆਂ ਹੁੰਦੀਆਂ ਆਟੇ ਦੀਆਂ ਚੀਨੀ ਦੀਆਂ ਉਹ ਬੋਰੀਆਂ ਵੇਚ ਕੇ ਖਾ ਜਾਂਦੇ, ਜਿਹੜੀਆਂ ਸੁੱਕੀਆਂ ਰੋਟੀਆਂ ਹੁੰਦੀਆਂ ਨੇ ਉਹ ਵੇਚ ਕੇ ਖਾ ਗਏ। ਮੇਰੀ ਤੁਹਾਨੂੰ ਇਹੀ ਗੁਜ਼ਾਰਿਸ਼ ਆ, ਸਰਕਾਰਾਂ ਦੇ ਪ੍ਰਭਾਵ ਪਾ ਕੇ ਜਿਹੜੇ 13 ਸਾਲ ਹੋ ਰਹੇ ਨੇ ਇਲੈਕਸ਼ਨ ਨਹੀਂ ਹੋ ਰਹੇ, ਇਹ ਇਲੈਕਸ਼ਨ ਕਰਵਾਈਏ ਤੇ ਇੱਥੇ ਚੇਂਜ ਆਵੇ। ਤੁਹਾਨੂੰ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਹੁਕਮ ਹਨ ਨਾਨਕ ਸਾਹਿਬ ਤੋਂ ਬਿਨਾਂ ਮਰਾਇਆ ਜੋ ਤੁਰੇ ਪਿਆ ਸੰਜੋਗ ਕਿ ਪਰਮਾਤਮਾ ਦੀ ਕਿਰਪਾ ਹੋਏ ਤਾਂ ਗੁਰੂ ਨਾਲ ਸੰਬੰਧ ਬਣਦੇ ਨੇ, ਗੁਰੂ ਸਾਹਿਬ ਜੀ ਦੀ ਸ਼ਰਨ ਮਿਲੇ ਤਾਂ ਪਰਮਾਤਮਾ ਦੇ ਚਰਨਾਂ 'ਚ ਥਾਂ ਮਿਲਦੀ। ਤੁਸੀਂ ਇੰਨੀ ਗਰਮੀ ਦੇ ਵਿੱਚ ਇਹ ਉਦਮ ਕੀਤਾ, ਉਪਰਾਲਾ ਕੀਤਾ, ਆਪਣੇ ਕੰਮ ਕਾਰ ਛੱਡ ਕੇ ਤੁਹਾਡੀ ਜਿਹੜੀ ਕਮਿਟਮੈਂਟ ਆ ਗੁਰੂ ਨਾਲ ਇਹ ਦਿਸਦੀ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਇਹ ਕਮਿਟਮੈਂਟ, ਤੁਹਾਡਾ ਉਪਰਾਲਾ, ਤੁਹਾਡਾ ਉਦਮ ਕਿ ਵਡਿਆਈ ਵੀ ਤੋਂ ਆਊਗਾ, ਤੁਹਾਨੂੰ ਗੁਰੂ ਘਰ ਦੇ ਵਿੱਚੋਂ ਕੌਮ ਦਾ ਭਵਿੱਖ ਵੀ ਸਵਾਰੂਗਾ, ਸਾਡੇ ਵਿੱਚ ਬਹੁਤ ਵੱਡਾ ਚੇਂਜ ਵੀ ਆਊਗਾ ਜਿਹਦੇ ਨਾਲ ਗੁਰੂ ਦੇ ਸਥਾਨ ਬਚਣਗੇ, ਗੁਰੂ ਦੀਆਂ ਜਾਇਦਾਦਾਂ ਬਚਣਗੀਆਂ, ਗੁਰੂ ਸਾਹਿਬ ਜੀ ਦਾ ਸੰਬੋਧਨ ਵਿਰਸਾ ਬਚੂਗਾ ਅਤੇ ਅਕਾਲ ਪੁਰਖ ਸੱਚੇ ਮੇਲ ਨੂੰ ਕਿਰਪਾ ਕਰੇ ਸਾਡੀ ਕੌਮ ਦਾ ਭਵਿੱਖ ਬਚੂਗਾ। ਜਿਹੜੇ ਭਵਿੱਖ ਨੂੰ ਅੱਜ ਅਸੀਂ ਦਾਅ ਤੇ ਲਾਈ ਬੈਠੇ ਹਾਂ, ਸਾਡੇ ਲੀਡਰ ਲਾਏ ਬੈਠੇ ਹਨ, ਉਹ ਅਸੀਂ ਬੜੇ ਲੰਬੇ ਸਮੇਂ ਤੋਂ ਚਿੰਤਨ ਸੀ ਕਿ ਕੁਛ ਬਣੇ, ਬਹੁਤ ਆਗੂਆਂ ਦੇ ਆਸ ਵੀ ਰੱਖੀ ਕਿ ਕੁਛ ਕਰਨਗੇ, ਉਹਨਾਂ ਦਾ ਸਾਥ ਵੀ ਦਿੱਤਾ, ਪਰ ਨਹੀਂ, ਸਾਰਿਆਂ ਦੀ ਅੱਖ ਸੀ ਐਮ ਦੀ ਸੀਟ 'ਤੇ ਕਿ ਸੀ ਐਮ ਕਿਵੇਂ ਬਣੀਏ। ਮੈਨੂੰ ਕੁਛ ਬੁੱਧੀਮਾਨ ਸਾਡੇ ਸਿੱਖ ਕੌਮ ਦੇ ਮਿਲੇ, ਉਹਨਾਂ ਨੇ ਮੈਨੂੰ ਇੱਕ ਏਜੰਡਾ ਦਿੱਤਾ, ਮੈਂ ਕਿਹਾ ਬਹੁਤ ਅੱਛਾ ਲਿਖਿਆ, ਬਸ ਕਹਿੰਦੇ ਮਸਲਾ ਹੱਲ ਹੋ ਗਿਆ। ਮੈਂ ਕਿਹਾ ਜੀ ਕਿਸ ਤਰ੍ਹਾਂ ਮਸਲਾ ਹੱਲ ਹੋ ਗਿਆ? ਕਹਿੰਦੇ ਬਸ ਤੁਸੀਂ ਨਾਲ ਚੱਲ ਪਏ ਅਤੇ ਅਸੀਂ ਸੀ ਐਮ ਦੀ ਸੀਟ 'ਤੇ ਨੱਚ ਲੈਣਾ ਜਿਵੇਂ ਕੇਜਰੀਵਾਲ ਨੇ ਲਈ। ਮੈਂ ਉਹਨਾਂ ਨੂੰ ਕਿਹਾ ਕਿ ਭਾਈ ਸਾਹਿਬ ਆਪਾਂ ਅਸਲੀਅਤ ਤੋਂ ਬੇਮੁੱਖ ਨਾ ਹੋਈਏ, ਤੁਸੀਂ ਇਕੱਲੀ ਕਮੇਟੀ ਦੀ ਗੱਲ ਕਰੋ ਅਤੇ ਕੁਛ ਕਰ ਸਕਦੇ, ਅਤੇ ਸੀ ਐਮ ਦੀ ਸੀਟ ਵੱਲ ਨਾ ਦੇਖੋ, ਗੁਰੂ ਘਰ ਨੂੰ ਬਚਾਓ, ਗੁਰੂ ਦੇ ਸਰਮਾਏ ਨੂੰ ਬਚਾਓ, ਗੁਰੂ ਦੇ ਸਲਾਮ ਨੂੰ ਬਚਾਓ, ਤਾਂ ਹੀ ਸਾਰਾ ਕੁਛ ਪ੍ਰਾਪਤ ਹੋ ਸਕਦਾ। ਉਹਨੇ ਮੈਨੂੰ ਚੁਟਕੀ ਮਾਰ ਕੇ ਕਿਹਾ ਕਿ ਮੈਨੂੰ ਸੀ ਐਮ ਬਣਾ ਦਿਓ, ਚੁਟਕੀ ਮਾਰ ਕੇ ਕਹਿੰਦਾ ਕਿ ਮੈਂ ਤੁਹਾਨੂੰ ਪ੍ਰਧਾਨਗੀ ਦੁਆ ਦੂੰਗਾ ਪ੍ਰਬੰਧਕ ਕਮੇਟੀ। ਮੈਂ ਫਿਰ ਉਹਨੂੰ ਚੁਟਕੀ ਮਾਰ ਕੇ ਕਿਹਾ ਕਿ ਉਹ ਮੈਨੂੰ ਪ੍ਰਬੰਧਕ ਕਮੇਟੀ ਪ੍ਰਧਾਨਗੀ ਦੁਆ ਦਿਓ, ਮੈਂ ਤੈਨੂੰ ਸੀ ਐਮ ਬਣਾ ਦੂੰਗਾ, ਨਹੀਂ ਤਾਂ ਦੱਸ ਦੇ ਕਿਸੇ ਸੀ ਐਮ ਨੇ ਕਿ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਕੱਢੀ ਹੋਵੇ। ਪ੍ਰਬੰਧਕ ਕਮੇਟੀ ਨੇ ਸੀ ਐਮ ਬਣਾਇਆ, ਪਰ ਜਿਹੜੇ ਬਣਾਏ ਉਹ ਧਰਮ ਨੂੰ ਪੌੜੀ ਬਣਾ ਕੇ ਖਾ ਗਏ ਧਰਮ। ਅੱਜ ਨਾ ਸਾਡੇ ਕੋਲ ਜਾਇਦਾਦ ਹੈ, ਨਾ ਸਾਡੇ ਕੋਲ ਸਿਧਾਂਤ ਹਨ, ਨਾ ਸਾਡੇ ਕੋਲ ਉਹ ਸਵੈਮਾਨ ਹੈ ਜੇ ਸਵੈਮਾਨ ਅਤੇ ਸੁਤੰਤਰਤਾ ਦੇ ਕਾਰਨ ਅਸੀਂ ਸਿੱਖ ਕੌਮ ਦੇ ਰਖਵਾਲੇ ਪਾਉਂਦੇ ਸੀ, ਕਦੇ ਅਸੀਂ ਰਖਵਾਲੀ ਕਰਦੇ ਸੀ ਦੂਸਰੀਆਂ ਕੌਮਾਂ ਦੀ। ਅੱਜ ਅਸੀਂ ਡਿਗਰੀਆਂ ਲੈਂਦੇ ਹਾਂ ਕਿ ਸਾਡੇ ਇਲੈਕਸ਼ਨ ਕਰਵਾ ਦਿਓ। 13 ਸਾਲ ਜਾ ਰਿਹਾ, ਸਾਡੀ ਜਿਹੜੀ ਜਮਹੂਰੀਅਤ ਦਾ ਹੱਕ ਜਿਹੜਾ ਸਿੱਖਾਂ ਨੇ ਲੜ ਕੇ ਸਭ ਤੋਂ ਪਹਿਲਾਂ ਲਿਆ ਸੀ ਅੰਗਰੇਜ਼ਾਂ ਤੋਂ, ਉਹ ਹੀ ਨਹੀਂ ਮਿਲ ਰਿਹਾ। ਜੋ ਅਸੀਂ ਦੇਖ ਰਹੇ ਜਿਹੜਾ ਸਮਾਜ ਹੈ ਇਹਦੇ ਵਿੱਚ, ਜੋ ਕੁਛ ਵੀ ਗੁਰੂ ਨਾਨਕ ਸਾਹਿਬ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਗਟ ਕੀਤਾ ਗੁਰਬਾਣੀ ਰਾਹੀਂ, ਅਸੀਂ ਇਹ ਵੀ ਮਹਿਸੂਸ ਕਰਦੇ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਬੜੇ ਕੱਟੜ ਸਿੱਖ ਸਨ, ਪੱਕੇ ਸਿੱਖ ਸਨ। ਉਦੋਂ ਘਰ ਦੇ ਭਾਵੇਂ ਸਾਡੇ ਕੱਚੇ ਸੀ, ਪਰ ਸਿੱਖ ਬੜੇ ਪੱਕੇ ਸੀ। ਅੱਜ ਉਹ ਹਾਲਾਤ ਨਹੀਂ। ਗੁਰੂ ਨਾਨਕ ਸਾਹਿਬ ਨੇ ਇਸ ਕਲਯੁੱਗ ਦੇ ਸਮੇਂ ਨੂੰ ਵਿਚਾਰਿਆ, ਉਹਦੀ ਗੱਲ ਕੀਤੀ, ਸਾਨੂੰ ਜਾਣਕਾਰੀ ਦਿੱਤੀ। ਸਾਨੂੰ ਅੱਜ ਵੀ ਲੱਗਦਾ ਕਿ ਗੁਰੂ ਨਾਨਕ ਸਾਹਿਬ ਸਾਡੀ ਅੱਜ ਦੀ ਗੱਲ ਕਰ ਰਹੇ ਨੇ, ਗੁਰਦੇ ਕੋ ਖਰਾ ਕਰ ਰਹੇ।
ਵੋਟੇ ਕੋ ਖਰਾ ਕਹੇ ਖਰੇ ਸਾਲ ਨਾ ਜਾਣੇ ਅੰਧੇ ਦਾ ਨਾਮ ਪਾਰ ਕੋ ਕਲੀ ਕਾਲ ਜਾਣੇ। ਸਾਨੂੰ ਅੱਜ ਵੀ ਵੇਟੇ ਵਿਦਵਾਨ ਨਜ਼ਰ ਆਉਂਦੇ ਨੇ ਜਿਹੜੇ ਵੋਟੇ ਨੂੰ ਖਰਾ ਕਹੀ ਜਾਂਦੇ ਨੇ, ਖਰੇ ਸਾਲ ਨਾ ਜਾਣੇ, ਖਰੇ ਦੀ ਗੱਲ ਪਾਸੇ ਲਿਜਾ ਕੇ ਆਪਣੀ ਗੱਲ ਪੂਰੀ ਕਰਨੀ ਚਾਹੁੰਦੇ ਨੇ। ਜਿੱਥੇ ਮਹਾਰਾਜ ਕਹਿੰਦੇ ਅੰਧੇ ਕਾ ਨਾਮ ਪਾਰਕੂ, ਅੰਨੇ ਪਾਰਕੂ ਬਣ ਕੇ ਅਤੇ ਸਾਡੀ ਕੌਮ ਦੀ ਹਿਸਟਰੀ ਲਿਖਦੇ ਨੇ। ਇਹ ਗੁਰੂ ਸਾਹਿਬ ਕਹਿੰਦੇ ਕਲਯੁਗ ਦਾ ਪ੍ਰਭਾਵ। ਥੋੜ੍ਹੇ ਦਿਨ ਪਹਿਲਾਂ ਮੈਂ ਯੂਰਪ ਦੇ ਵਿੱਚ ਸੀ, ਮੈਂ ਉਦੋਂ ਇੱਕ ਦਿੱਲੀ ਦੇ ਬੁੱਧੀਮਾਨ ਦਾ ਬਿਆਨ ਸੁਣਿਆ, ਉਹਦਾ ਭਾਸ਼ਣ ਸੁਣਿਆ। ਉਹ ਬੁੱਧੀਮਾਨ ਬੜਾ ਫੇਮਸ ਆ। ਉਹ ਕਹਿੰਦਾ ਜੀ 350 ਸਾਲ ਪਹਿਲਾਂ ਜਿਹੜੇ ਪੰਜ ਪਿਆਰੇ ਸੱਜੇ ਸੀ, ਖਾਲਸਾ ਬਣੇ ਸੀ, ਉਹ ਹਿੰਦੂ ਹੁੰਦੇ ਸਨ। ਇਹ ਹੈ ਸਾਡੀ ਬੁੱਧੀਮਾਨਤਾ, ਸਾਡੀ ਕੌਮ ਨਾਲ ਜਿਹੜੀ ਕਮਿਟਮੈਂਟ ਇਹਨਾਂ ਬੁੱਧੀ ਜੀਵੀਆਂ। ਕਹਿੰਦੇ 350 ਸਾਲ ਪਹਿਲਾਂ ਹਿੰਦੂ ਹੁੰਦੇ ਸਨ, ਹਿੰਦੂ ਤੋਂ ਸਿੱਖ ਸਜੇ ਸਨ। ਪਤਾ ਨਹੀਂ ਬੁੱਧੀਮਾਨ ਸਾਨੂੰ ਕੀ ਦੱਸਣਾ ਚਾਹੁੰਦਾ, ਸਾਨੂੰ ਸਮਝ ਨਹੀਂ ਆਈ। ਇਹਦੀ ਵਿਆਖਿਆ ਜੋ ਕਿਤੇ ਆਪ ਹੀ ਕਰੇ ਤੇ ਤਾਂ ਚੰਗੀ ਗੱਲ ਆ। ਮੈਂ ਤਾਂ ਕੇਵਲ ਇੰਨਾ ਹੀ ਪੁੱਛੂੰਗਾ ਇਸ ਬੁੱਧੀਮਾਨ ਨੂੰ ਕਿ ਤੂੰ ਅੱਜ ਕੀ ਮਹਿਸੂਸ ਕਰਦਾ, ਤੂੰ ਆਪਣੇ ਆਪ ਨੂੰ ਹਿੰਦੂ ਮਹਿਸੂਸ ਕਰਦਾ ਜਾਂ ਸਿੱਖ? ਕੀ ਆ ਤੂੰ? ਜੇ ਸਿੰਘ ਆ ਤਾਂ ਵੀ ਆਪਣੀ ਵਿਆਖਿਆ ਕਰ, ਜੇ ਹਿੰਦੂ ਆ ਤਾਂ ਵੀ ਆਪਣੀ ਵਿਆਖਿਆ ਕਰ, ਨਹੀਂ ਤੇ ਸਾਨੂੰ ਨਾ ਸਮਝਾ, ਸਾਨੂੰ ਗੁਰੂ ਸਾਹਿਬ ਸਮਝਾ ਦੇ। ਗੁਰੂ ਸਾਹਿਬ ਫਰਮਾਉਂਦੇ ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ, ਅੰਧੇ ਕਾ ਨਾਮ ਪਾਰ ਕੋ ਕਲੀ ਕਾਲ ਵਡਾਣੇ। ਸੋਬਤ ਕੋ ਜਾਗਤ ਕਹੇ ਜਾਗਤ ਕੋ ਸੋਤਾ, ਜੀਵਤ ਕੋ ਬੂਆ ਕਹੇ ਬੂਏ ਨਹੀਂ ਰੋਤਾ। ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ, ਪਰ ਕੀ ਕੋ ਆਪਣੀ ਕਹੇ ਆਪਣੋ ਨਹੀਂ ਪਾਇਆ। ਮਿੱਠੇ ਕੋ ਕੜੂਆ ਕਹੇ ਕੜੂਏ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ ਐਸਾ ਕਰਮੇ ਮਿੱਠਾ, ਚੇਲੀ ਕੀ ਸੇਵਾ ਕਰੇ ਠਾਕਰ ਨਹੀਂ ਦਿਸੇ। ਚੇਲੀ ਕੀ ਸੇਵਾ ਕਰੇ ਠਾਕਰ ਨਹੀਂ ਦਿਸੇ, ਓਖਰ ਨੀਂਦ ਪ੍ਰੋਲੀਏ ਮੱਖਣ ਨਹੀਂ ਦਿਸੇ। ਇਹ ਪਾਣੀ ਦੇ ਵਿੱਚੋਂ ਰਿੜਕਿਆ ਕਦੇ ਮੱਖਣ ਨਹੀਂ ਡਿੱਗਦਾ, ਸਾਡੇ ਬੁੱਧੀਜੀਵੀਆਂ ਨੂੰ ਸਮਝ ਲੈਣਾ ਚਾਹੀਦਾ। ਸਾਡੀ ਕੌਮ, ਗੁਰੂ ਸਾਹਿਬ ਨੇ ਸਾਨੂੰ ਸਿੱਖ ਬਣਾਇਆ ਸੀ, ਅਸੀਂ ਅੰਤਲੇ ਸਮੇਂ ਤੱਕ ਸਿੱਖ ਰਹਿਣਾ। ਸਾਨੂੰ ਭਾਈ ਸਾਹਿਬ ਭਾਈ ਨੰਦ ਲਾਲ ਜੀ ਸਮਝਾ ਕੇ ਕਿ ਤੂੰ ਬਾਹਰ ਲੱਗ ਕੇ ਸਿੱਖ ਬਣ, ਸਵਾਮੀ ਨਾ ਬਣ। ਸਾਡੀ ਕੌਮ ਦੇ ਵੀ ਸਵਾਮੀ ਬਹੁਤ ਬਣ ਗਏ, ਸਿੱਖ ਬਣਨ ਵਾਲਿਆਂ ਦੀ ਗਿਣਤੀ ਘਟੀ। ਅੱਜ ਅਸੀਂ ਸਿੱਖ ਹੀ ਬਣ ਕੇ ਆਪਣੀ ਕੌਮ ਨੂੰ, ਆਪਣੀ ਕੌਮ ਦੇ ਵਿਰਸੇ ਨੂੰ, ਆਪਣੇ ਗੁਰੂ ਦੇ ਸਿਧਾਂਤ ਨੂੰ, ਪ੍ਰਾਤਮ ਸਿੱਖਾਂ ਦੇ ਡੁੱਲੇ ਖੂਨ ਦੇ ਨਾਲ ਆਪਣਾ ਪਸੀਨਾ ਵਹਾ ਕੇ ਸੰਭਾਲ ਸਕਦੇ ਹਾਂ। ਅੱਜ ਤੁਸੀਂ ਜਿਹੜਾ ਪਸੀਨਾ ਵਹਾਉਣ ਵਾਲੇ, ਅੱਜ ਤੁਸੀਂ ਬਰਦਾਵਾ ਦੱਸ ਰਹੇ ਹੋ, ਮੇਰਾ ਯਕੀਨ ਹੈ ਕਿ ਪ੍ਰਾਤਮ ਸਿੱਖਾਂ ਦੇ ਖੂਨ ਦੇ ਨਾਲ ਸਾਡਾ ਪਸੀਨਾ ਵੀ ਕੰਮ ਕਰਦਾ ਹੈ ਅਤੇ ਅਸੀਂ ਆਪਣੀ ਕੌਮ ਨੂੰ ਸੰਭਾਲ ਸਕਦੇ ਹਾਂ। ਅਸੀਂ ਭਾਵੇਂ ਅਕਾਲੀ ਹੋਈਏ, ਭਾਵੇਂ ਕਾਂਗਰਸੀ ਹੋਈਏ, ਭਾਵੇਂ ਭਾਜਪਾ ਨਾਲ, ਭਾਵੇਂ ਬਸਪਾ ਨਾਲ, ਭਾਵੇਂ ਆਮ ਆਦਮੀ ਨਾਲ, ਭਾਵੇਂ ਕਾਂਗਰਸੀਆਂ ਨਾਲ, ਪਰ ਆਪਣੀ ਆਪਣੀ ਸਿੱਖੀ ਕਿਵੇਂ ਗਵਾ ਸਕਦੇ ਹਾਂ? ਆਪਣਾ ਸਿੱਖੀ ਸਰੂਪ ਜਿਹੜਾ ਇਹ ਗੁਰੂ ਨੂੰ ਸਮਰਪਿਤ ਹੈ, ਅਤੇ ਗੁਰੂ ਨੂੰ ਸਮਰਪਿਤ ਜਿਹੜਾ ਸਿੱਖੀ ਸਰੂਪ ਹੈ, ਉਹ ਅੱਜ ਸਿੱਖ ਕੌਮ ਦੀ ਇਮਾਨਤ, ਖਾਲਸਾ ਧਰਮ ਜਿਹੜਾ ਉਹਨੂੰ ਜਿਉਂਦਾ ਰੱਖੇ, ਅਤੇ ਇਹ ਤੁਹਾਡਾ ਬਹੁਤ ਵੱਡਾ ਅਹਿਸਾਨ ਹੋਊਗਾ ਸਾਡੀ ਕੌਮ ਦੇ, ਸਾਡੇ ਆਉਣ ਵਾਲੇ ਭਵਿੱਖ ਦੇ, ਸਾਡੀ ਕੌਮ ਵਾਲੇ ਭਵਿੱਖ ਦੇ ਬੱਚਿਆਂ ਦੇ। ਸਾਡੀ ਬੱਚਿਆਂ ਦੇ ਹਾਲਾਤ ਕੀ ਨੇ? ਐਜੂਕੇਸ਼ਨ ਖਤਮ ਹੋ ਗਈ ਪੰਜਾਬ 'ਚ, ਐਜੂਕੇਸ਼ਨ ਤਾਂ ਮੂਵਮੈਂਟ ਦੇ ਦੌਰਾਨ ਹੀ ਤਕਰੀਬਨ ਖਤਮ, 15 ਸਾਲ ਬੱਚੇ ਪੜ੍ਹ ਨਹੀਂ ਪਾਏ, ਲਾਸ਼ਾਂ ਉੱਠਦੀਆਂ ਰਹੀਆਂ। ਉਦੋਂ ਤੋਂ ਬਾਅਦ ਸਾਡੀ ਐਜੂਕੇਸ਼ਨ ਖਤਮ ਹੋਈ, ਪੰਜਾਬ ਦੇ ਵਿੱਚ ਕੋਈ ਸਿੱਖ ਅਫਸਰ ਨਹੀਂ ਦੇਖਦਾ, ਪੰਜਾਬ ਤੋਂ ਬਾਹਰ ਨਹੀਂ ਦੇਖਦਾ। ਅਸੀਂ ਜੋ ਕੁਛ ਵੀ ਸਾਡੇ ਹਾਲਾਤ ਨੇ, ਦੋਵਾਂ ਕਮੇਟੀਆਂ ਦੇ, ਪ੍ਰਬੰਧਕ ਕਮੇਟੀ ਦਿੱਲੀ ਅਤੇ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਇੱਕ ਪ੍ਰਕਾਸ਼ ਸਿੰਘ ਬਾਦਲ ਨੇ ਪੌਣੇ ਘਰ ਦੇ ਲੀਡਰ ਅੱਗੇ ਲਿਆ ਕੇ ਆਪ ਦੇ ਖਾਦਾ ਗੁਰੂ ਘਰ ਨੂੰ ਅਤੇ ਉਹਨਾਂ ਤੋਂ ਮਿਸਾਲ ਦੇ ਤੌਰ 'ਤੇ ਇਹ ਅਦਾਰਾ ਘਾਟੇ ਜਾ ਰਿਹਾ, 2 ਕਰੋੜ ਦਾ ਚੱਕ ਦੇ ਦਿਓ, ਪ੍ਰਧਾਨ ਦੇ ਦਿੰਦਾ ਸੀ। ਮੇਰੀ ਮਾਂ ਦੇ ਨਾਂ ਦਾ ਸਕੂਲ ਹੈ, ਉਹਦੀ ਯਾਦ ਦੇ ਵਿੱਚ ਬਣਿਆ, 10 ਲੱਖ ਰੁਪਏ ਐਡਮਿਸ਼ਨ ਦੇ ਦਿਓ, ਦਿੱਲੀ ਵਾਲੇ ਲੈ ਕੇ ਆ ਦਿੰਦੇ ਸੀ। ਇਹੋ ਜਿਹੇ ਲਾਲਚ ਦੇ ਕਾਰਨ ਪੌਣੇ ਘਰ ਦੇ ਲੀਡਰ ਉੱਠਾਏ, ਜਿਹਨਾਂ ਸਾਡਾ ਤੱਪੜ ਰੋ ਦਿੱਤੇ।
अब दिल्ली कमेटी की हालात ये ने कि दिल्ली कमेटी के रोजमर्रा की जिंदगी जरा खरीदो फरोख होती 24 करोड़ रुपया देखा अज की तरीक ताजा प्रक्रम होंगे जी चीज भी बाजारों खरीद ली थी 24 करोड़ रुपया बाजार का देना 400 करोड़ रुपया एजुकेशन संबंधित जिन्हें भी मुलाजम ने टीचर ने प्रोफेसर ने उन्हों का देना दे स्कूल कॉलेज बंद पै यही हालत पंजाब की अभी एजुकेशन कितों लवेंगे साढ़े बच्चों का एजुकेशन कहड़ा दूगा साढ़े बच्चे एजुकेशन लैन के साई बन रहे हैं फ्री एजुकेशन है और एजुकेशन देने वाले असाई स्कूल किसी गिरजे का पैसा नहीं वरतते वो अपनी कमाई वरतते हैं पर सानू दुख है कि साड़ी ये सरकार जिहदा 15 अरब तो बच्चा वड्डा बजट है मैनू हैरान है हैरानी आती जो मैं कुछ साल पहला ये देखता तो सुनता सी कि कहते साडा 11 करोड़ का 1100 करोड़ का बजट मैं जो इन्हों आंकड़े देते प्रसाद के हरिमंदर साहब के बाबा दीप सिंह शहीद के गुरद्वारा साहब के उतों की गोलख दे हरिमंदर साहब की गोलख दे मैं दसिया कि इन्ने इन्ना बजट के 2 गुरुद्वार का बन जाता 78 गुरुद्वारे होर ने वो कितने गए 400 गुरुद्वारा जो लोकल है जिसे तो तुम दसवंत लेंगे तो जो तो लगता है कि विरोधियों के हाथ चले गए गुरुद्वारा खोह लेंगे इलेक्शन कमीशन तो जुडिशल कमीशन तो हुक्म बना के रिसीवर बना देंगे फिर तुम चांदनिया चलाते हो तो वो 1500 करोड़ रुपये के आए नहीं होंगे साढ़ा 1500 करोड़ का बजट पर है बहुत बड़ा ये ट्रकों के ट्रक जो घ्यो होता वो 3 महीने छड़ते वो बेच के खा जाते जिहड़ी बोरियां आउंदियां आटे दियां चीनी दियां वो बोरियां बेच के खा जाते हैं जिहड़ियां सुक्कियां रोटियां आउंदियां ने वो बेच के खा गए और तुसीं हैरान होवोगे जिहड़ी करोड़ रुपये नूं चूना लाया 2 क्लर्कां ने 2 स्टोरकीपरां ने एक नूं ते भजाता आस्ट्रेलिया एक रह गया वो अपने मूँह कह लिया कि मेरे टैलीफोन के विचों तुसीं देख सकदे हो मैं कित्थे कित्थे पैसे भेजे चीफ सकत्तर तक पैसे गए ने यही वजह है कि यह जो घपला करने वाले लोग ने उन्होंने थाना नहीं दिखाते FIR नहीं लिखाते जो अज जिहड़ा मुख मुलजम है वो टैलीफोन के विचों तुम बैंक का रिकॉर्ड देखो तो वो किन्ने पैसे वो तब्दील होए चीफ सकत्तर के खाते उस तो थले वाले जरा मुलाजम सोहे खाते तो तुम पता लगो भी कला 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 तो कला कचोर ही हेरा फेरी भी करता इतने पानी उलझी पी मैं जो आरोप लगाया कि 450 एकड़ जमीन है चोला साहब की तुम कभी 4000 ठेके से कभी 6000 ठेके से कभी 20000 ठेके से दसी जाते हो ये जमीन हुआ जी लहर देखने के लिए तो 60000 ठेका मिलता मैं क्या तुम प्रधान साहब सानू ये दसो कि पिछले 5 साल इस 450 एकड़ जमीन की आमदन की आई प्रबंधक भेजे वो 4 दिनों के बाद जवाब दिता जी मूँह लिशका के चंकी तरह चीफ सकत्तर ने आखे जी सिख साहब का असं बहुत माण करते हैं पर उन्होंने अंकड़े लै लेने चाहिए अंकड़े की आप दिते अगे 26000 तो असं ठेके से दी मैं 22000 कहा कि इन्हें 26000 कहता पर जो 26000 को भी दिता मैं तो यह कहा कि 450 एकड़ जमीन की 5 साल की आमदन सानू दसो की है प्रबंधक कमेटी को जी आमदन आ 450 एकड़ ठेके की वो प्रबंधक कमेटी के खाते कि आई मैं तो ये पूछे लिया तो अंकड़े तुम दस दौ पर नहीं ये जो सकत्तर के कान खोले ने प्रधान दी अखा देख रही कान खोले ने तो मैं अज एक गल दसन लगा वो बारे भी दस दे आपे ही दस दे नहीं तो मैं रिकॉर्ड देवा इन्हों तो देना नहीं एक सराह पूरी की पूरी सराह जी
वो प्रकाश सिंह बादल के खानदान से उसके कुड़मा के खानदान जे जिन्हें भी वो अमृतसर आके ठहरते हैं सिक्योरिटी अफसर उन्होंने नाम की हुई रिटन च रिटन दस्तखत जे मैनेजर जरा सरावा देता वो मैनेजर के दस्तखत के नाल सिक्योरिटी अलर्ट की हुई सिख न उत्थे कमरा नहीं मिलता फौजी जड़े ने जो पुलिसमैन ने उत्थे जाके शराब पीते ने बह के उत्थे शराब पूरी की पूरी इन्होंने नाल मैनों कुछ महीने पहला एक बच्चे का टेलीफोन आया कि मैं चंडीगढ़ आना मैं दो दिन चाहिए ने दो तीन दिन चाहिए मैं इम्तिहान देना मैं रिहायश चाहिए मैं 26 सैक्टर जी बनी सी सरांच कलगी धरनवास इस काम लिए बनया सी कि कोई बच्चा पेपर देन जाए उन्हों थां मिल जाए कोई कोई पी जी आई दाखिल हो जाए मरीज तो उन्होंने संभालने वाले उत्थे चले जाण प्रशादा लाटा साहब तो आ जाए या अंब साहब तो आ जाए उस 26 सैक्टर की सरांच टेलीफोन किया वो मैनू सैकटरी कह लगा जी 28 कमरे टोटल ने एक कमरा मेरे को 27 कमरे दिल्ली वाले सरसा सुखबीर बादल तो एक मजीठिए की जी सिक्योरिटी है उन्होंने रखे हुए पहले 27 कमरे वे ये अब जरा जरा बार बार ये कहते पहली गल तो जवाब देते नहीं तो देते तो पुठा देते उन्होंने दोबारा रिपीट करना बड़ा औखा हो जाता है कम से कम मैं बार बार कह रहे हैं जो असं गलत कह रहे हैं तो कोर्ट जाओ साढ़े खिलाफ तुसी कई केस करते फिरते जो पत्रकार आते साढ़े तो करो असी दसांगे तुहाडे आंकड़े की ने साडे कोल प्रूफ की ने पर नहीं कि ढीरताई के ना गुरु घर का सरमाया खराब हो रहा साढ़े बच्चों का जिहड़ा भविख है वह खत्म हो रहा किसी भी साढ़े गरीब बच्चे पढ़ाई लिए एजुकेशन लिए कोई सहायता नहीं मिलती जबकि होना यह चाहिए कि जिड्डा वड्डा सरमाया है गुरु नानक की सरकार का सब तो पहले साढ़े गरीब बच्चों की एजुकेशन दे लगे फिर बीमार के इलाज दे लगे फिर यात्रुओं के रख रखाव से उन्होंने सहूलत लिए लगे पर असी है कि असी अपना जिन्ना गुरु घर का सरमाया वो बेची जा रहे वो लीज दे जा रहे हैं आप ले जा रहे हैं वो इंस्टीट्यूट बना रहे हैं गुरु घर की जमीन गुरु घर का पैसा मालक असं आप कर रहे ये किसी को नहीं पता जब तुम एक्ट देखोगे एक्ट के कोई ट्रस्ट नहीं बन सकता क्योंकि एक्ट आप ट्रस्ट है ट्रस्ट के ट्रस्ट नहीं बना सकता कोई पर साडे लीडर ने बना के अदारे चलाए ने ते जिहड़े अदारे चलाए ने उन्हां च जिहड़ा NRI का कोटा हुंदा वह इन्हों जेबा जाता जोड़ा घाटा पैदा वो हरिमंदर साहब के खाते चुनों चेक चले जाता वो घाटा पूरा कर ले 2 करोड़ का चेक भेज दो कहने वाले भी आप लैन वाले भी आप मेरी तुम यही गुजारिश है कि असी सरकार के प्रभाव पा के सरकार के प्रभाव पा के जो 13 साल हो रहे हैं इलैक्शन नहीं हो रहे इको एक राज है कि असी संगत की जानकारी दे सारा कुछ लिया के ये इलैक्शन करवाइए कि इतने चेंज आए चंगे गुरसुख उत्थे जा चंगी टीम जी बच्चों की एजुकेशन लिए कोई प्लान बनावे कोई हॉस्पिटल बने जिहड़े गरीब सिख इलाज नहीं करवा सकते अपना उन्होंने सहूलत मिले असी गुरु घर दीआं जमीनां जिहड़ियां बेशकीमत जमीनां ने 12-12 करोड़ का किला जिहड़ा उह तबादले के रूप च बदल के जमीन ते किले की बजाय किला ले ली पर जिहड़ा 35 लाख का 40 लाख का किला वह 12 करोड़ के किले के मुकाबले से लैके बाकी जेबां भर रहे ये हो रहा ये तुसीं सारे जिमीदार भरा चंगरा याली कला च होया जिहड़ा माल बनया उस माल को प्रबंधक कमेटी ने जिहड़ी जमीन दित्ती उहदे बदले छौनी के नाम जमीन ली वह छौनी के नाम जमीन जिहड़ी ली उत्थे ट्यूबवैल नहीं पा कोठा नहीं पा सकते छौनी की आग्या तो पर जिहड़ी जमीन दित्ती उहदे नाल तुसीं देखो जो पौश एरिया बनया घट्टो घट्ट 2-2.5 लाख रुपया कार जमीन है पर पैसे डकार गए इलैक्शन के लाल है वो असी सारा कुछ देख रहे हैं
इतने मैं सीधे लफ्जा कहा झूठ नहीं छड़ते गुरु घर के वो झूठ जी भी वेच के पैसे कमाते हैं तो जो असल पैसे बनते हैं घटा घटो के वह भी चैक छुपा रहे चैक छुपा के जो पूछा नहीं तो एक 65 करोड़ का 65 लाख का 1 40 लाख का ये दो चैक जो उन्होंने मंगे नहीं तो उदो ये चैक वापस करके उन्होंने तो पैसे लैके जे बागे कर लगे पर जोड़े घर गए उन्होंने खिलाफ कोई कार्रवाई नहीं जो कार्रवाई करने कोई बनाते हैं तो टीम क्यों बनाते हैं जे आप डिफाल्टर ने जिन्होंने आप लोग ने तो उन्होंने खंड पाठा के पैसे जमा नहीं कराए उन्होंने गोइंदवाल तो कटिया तो हरिमंदर साहब तरक्की दे के ला लिया ये जो कुकर्म ने यह साड़िया अखा सामने हो रहे हैं दसम पातशाह ने अपने बच्चों दिया शहादत दे के सानू एक मिशन दिता ये मिशन अपने परिवार लिए नहीं बनाया अपने बच्चों कोई राष्ट्रीय सभा दवाने नहीं बनाया ये साड़ी कल्याण लिए साड़ी आत्मा के कल्याण लिए साड़ी आत्मा के परम पिता के कल्याण लिए बाणी बख्शी सानू उस बाणी को बचाने गुरु अर्जन देव जी को लैके साहबजाद तक सत शहादत हुई 8वीं 10वीं पातशाह की अपनी ये शहादत इस करके नहीं हुई कि उन्हें अपनी जायदाद बनाई सारिया वो बनाने चाहते सन बल्कि जो सरसा नदी के पार की नदी उदो 32 करोड़ रुपया उस समय का सरमाया गुरु साहब ने अपनी हथी सरसा च रोड़े कि सिखा सिख इस पैसे तो ना लड़न ये पैसा साढ़े खाना देवी का कारना बने वो सरसा नदी चरोड़ के सिखा सिखी स्प्रिट दी सिखा अर्थ न स्वयमान जूना सिखाया अब सा खालसा धर्म जोड़ा रोधा जा रहा अब अं देख रहे हैं कि अब एक नवी गल जी कल की निकलती पी आ कि प्रबंधक कमेटी जी के कब्जे हेठ आ जाती कि नहीं छड़ता दिल्ली प्रबंधक कमेटी 4 साल बाद इलेक्शन होंगे सी अज तकरीबन मैं संकेत मिले ने क्यों वाले दिनों से 5 साल बाद हो जो 2 साल बाद एग्जैक्टिव चुनी जाती सी 5 साल बाद चुनिया जाए चुनी जाएगी सिर्फ अपने कब्जा कराने लिए गुरु घर के गुरु घर सर्वनाश करने वरतन ये काम हो रहे थे मैनों अजे तक यह समझ नहीं आई कि जेडे पुरातन स्वरूप सन साडे वो साडी प्रबंधक कमेटी ने किनू दिते ते क्यों दिते मैनू एक खदशा है कि जे पुरातन स्वरूप ना मिले तो गुरु ग्रंथ साहब जी की छपाई जी है तो रोज नवे नित दिन जो एडिशन शब्द आज गलतियां बदलगियां ये गलतियों असं सोधा के आधार की होगा जे 500 सूप पुरातन पै हो असी 500 पाठी उठा के एक सरूप का निर्णय कर सकते हैं एक शब्द के सरूप का निर्णय कर सकते हैं कि केड़ा असर केड़ा निकल है गलती कितने आ पर जब साढ़े को सामने कोई वेरीफाई कर ली तसली कर ली कोई पुरातन सरूप ही नहीं होगा तो असं नवे सरूप को किवें संभालांगे ये जो गलतियां गलती नाल आ रही ने ये कितने जान बुझ के जो गलतियां पईआं उदों ये साडे सरूप का तसीर बदल जाऊगी उदों ये काली बाणी नहीं खाऊगी ये कितने ना कि साडी कौम का बेड़ा गर्क करने लई इह पलानिया बन रही ने मैं 20 साल पहला 25 साल पहला मैं सुनिया सी कि बहुत शोर शराबा होया कि पुरातन सरूप जिहड़े बिरध हो गए ने दिते जाण घरां चों कट्ठे कीते गए बड़े बड़े बेशकीमत सरूप जिहड़े ने संस्कार दिते जिहड़े पुरातन सरूप ने संस्कार लई नहीं बल्कि प्रजर्व करने लई होंदे असी एक गुटका लईए उहदे ते लिखिया होंदा शुद्ध कीता ग्रंथी दरबार साहिब तुसी यकीन नाल पढ़ते हो कि अखर अखर शुद्ध होगा जिहड़े सरूप के दसम पातशाह के साइन होण जिहड़े सरूप के गुरु हरगोबिंद पातशाह के गुरु तेग बहादुर साहब के गुरु हरराय साहब के साइन होण वो सरूप साढ़े लिए किन्ने कीमती होंगे वो लड़ीवार पाठ जोड़े वो सानू कितों मिलेंगे जिहड़ियां कलमा घड़ घड़ के तलवार चलन वाले सिखा ने दीवे बाल बाल के सरूप लिखे उन्होंने कीमत अज की आ की पाई इस कमेटी ने कोई जवाब नहीं दे रहा वोट मंगती नहीं जवाब तो इस अज जरा प्रधान है मिस्टर धामी मैं समझता से बहुत साऊ बंदा फिर सब तो झूठा बंदा यह निकल इन्हें इन्हें हाई कोर्ट के
जाके बयान दिता कि वह साढ़े को इधर उधर पै हो पर इधर उधर जिते पैसा दिखाए नहीं अब तक साढ़े इलेक्टर मैंबर ने भाई गुरप्रीत सिंह जी पड़ैन साहब ने लागे दे असी इन्हों मैंबर की ड्यूटी लाने भी एक तो पुछो सानू दिखा दे मैंबर दिखा दे सरूप कितने वो भाई गुरदास वाली सुनहरी पोथी कितने आ जे कोई ज्ञानदारी इस प्रधान के हैगी है या सकत्र हैगी है तो ये पुरातन स्वरूप सानू दर्शन कराओ कितने साड़ी तसली हो नहीं तो मेरा दावा सात संगत जी स्वरूप असा ला रहे इन्हों को तो यह असली स्वरूप नहीं दे रहे जिस तरह साड़ी हिस्ट्री चेंज हुई ये भी शब्द चेंज हो अज ही साढ़े ना कई हिंदू अड़ते हैं कि जोड़ा गुरु ग्रंथ साहब के राम है उ वाहगुरु आ उस राम की असी उपासना करते उस राम की तुम करते बाबे गुरु ग्रंथ साहब कई बार तय किया निर्थ किया कि राम एक राम है जो हरेक हिरदे वसया एक राम वो जो रामलीला फरमाया जाता पर फिर भी ये बहस जी ये थोड़े थोड़े शब्दों चेंज किए इन्ना इन्ना ज्यादा खिलारा पैजू कि साड़िया लड़ाइया पैन सानू असल जोड़े शब्द ने असल जी रूह आकाल कालपुर की बाणी की वह सू नहीं मिलने ये स्वरूप सानू मिलने चाहिए ने हर हाथ मिलने चाहिए ने लख लख रुपये का एक सिकंदर आ जी प्रथा अनोवा गड्डी नहीं फिरते पर कोई सिकंदर नहीं तो दस रहा स्वरूप कितने गए जिम्मेवारी नहीं प्रधान सिकंदर नहीं दस रहे कोई लीडर नहीं दस रहा कि ये कारण की हो सकते तुम दसो 328 स्वरूपों को असं बाद बचा 328 स्वरूपों की जी कहानी आ 328 स्वरूप जोड़े ने वो बिना आई डी तो गए ये नहीं दस रहे किसन दिते असी क्यों दिते एड्रैस पर गए नहीं दस रहे पर जो सात संगत जी इनवैसटीगेशन होंगी है उदों ये वेख्या जाता जिस तरह लंगर की इनवैसटीगेशन होंगी है तो उदों वेख्या जाता कि दाल एक क्विंटल लगनी है उस एक क्विंटल दाल 15 किलो घ्यो पैना वो 4 क्विंटल आटा चाहिए वो इन्ने किलो मसाला चाहिए इन्ने किलो प्याज चाहिए ने इन्ने किलो टमाटर जो एक रेशो बन जाती वो तो पता लगता है कि जो 15 किलो दिया 30 किलो घ्यो पाया तो पता लगता इन्होंने बाकी 15 किलो खाता इस तरह गुरु ग्रंथ साहब की छपाई की रेशो है कागज कि आया वो तो छपाई करनी शह कि आई वो पेंडिंग के पैसे किन्ने दिते गए बीड़ा बनने लिए उस रेशो तो पता लगता है किन्ने स्वरूपों की छपाई हुई हुण तुसी पेंडिंग के पैसे दिते हजार स्वरूपों शाही आई लखां स्वरूपों के हिसाब नाल कागज आए लखां स्वरूपों के हिसाब नाल ते स्वरूप छपण 328 वो भी मिलते ने ये आ घपले जिहड़े सानू दिसदे ने कागज आ रहा है 2 ट्रक 1 ट्रक खाली आ वो कागजां 'च ही आ 1 ट्रक उतरिया 2 ट्रक के पैसे जा रहे घ्यो आ रहा 4 ट्रक 2 ट्रक के पैसे दिते जा रहे 2 ट्रक जिहड़े वो कागजां 'च ने तो उन्हां दी पेमेंट की जा रही है इस करके जी सरकारी जी मेले आ वेरका वो घ्यो नहीं लिया जाता क्योंकि वह सरकारी आ उत्ते बारगेनिंग नहीं हो सकती वो ते लैन देन नहीं हो सकता ये नहीं हो सकते कि असी बिल बना देंगे 4 ट्रकों के तो पैसे दे दो 6 ट्रकों के असी चंगी तरह जानते हैं तुम जो ब्रेम लाते हो पर जो पार्मोनीन का बनया घ्यो लिया पुणे तो अगे जाके महाराष्ट्र वो भी सानू सस्ता नहीं पैंदा तो भी प्योर घ्यो नहीं जिहड़े सिख इत्थे गरीब सिख दुध पाउंदे ने मत्था टेकदे ने उन्हों का एक जरिया बनया ये वेरका डेयरी वो वेरका डेयरी के कोई नुक्स है वो सरकारी डेयरी है तुम अदालत का दरवाजा खड़का के वो तो सही काम ले सकते हो पर वजह यह है कि वह सरकारी डेयरी वो बारगेनिंग नहीं कर सकती वो जिन्ना बिल बढ़ूंगा उन्ना ही देना पैना तो वह बिल जरा एक होर तरीका भी है खाण का कि साल दया जरा बन गया बिल बन गया यदा रेट लग गया इन्ना अगले साल से आ गई डिमांड भी यदा इन्ने किलो एक किलो या एक क्विंटल के हिसाब में इन्ने पैसे वधनगे ये फिर की करते वो पिछले पिछले
पहले टर्म के पांच सात ट्रक होर बगवा लेंगे तो बिल पा देंगे जरा वध्या उपरले पैसे खा जाते किसी को कोई डर नहीं परमात्मा का। मैं जो सुखबीर बादल ने सहु खाधी सी ना मैं उदो महसूस कर लगे जो टब्बर है समझता कि परमात्मा है नहीं गुरु कितने है नहीं जोड़ा नंगी चिट्टी कोरी नंगी चिट्टी सहु खाई जा रहा परिवार यह महसूस कर रहा कि परमात्मा है बयान की देता जेडे लड़ रहे हैं उन्होंने का भी कख ना रहे जो उन्होंने गुरु ग्रंथ साहब की बेनती की। मैं क्या गुरु रामदास सचे तेरी निगाह तो है नहीं पर मेरी अरदास तेरी तेरिया छावा पूरी करे सचे पातशाह तेरी अरदास पूरी करे ना प्यो जितया ना पुत जितया ना साला जितया ना भरमैया जितया सारा टब्बर मुद्रे मूँह जित गया तो अब बशर्मा की तरह कह रहे साढ़े तो कमेटी खोलने प्लानिंग हो रही ये सौ साल पहला भी हुई सी सौ साल ये दादे का दादा सीगा जो होनी अज ये देखो कि ये जिन्ना ये सोचते रहे कि ये साडा धर्म है साडा साडी जायदाद है ये साडी कंपनियां नूं जिन्ना मर्जी असीं लुट सकदे लुट लईए साध संगत जी साडे कोल पैसा जिहड़ा आ जाऊगा तुसीं दे दोगे पर सिधांत नहीं जे मिलना जिहड़ा सिधांत बाबर ने मन्निया उह सिधांत नहीं जे मिलना। बाबर ने गुरु नानक साहब नूं कहा बाबा मुझे उपदेश करो तो गुरु नानक साहब ने कहा बाबर धर्म का न्याय कर बजुर्गों की खिदमत कर खुदा की बंदगी कर जे तू खुदा का बंदा होकर उसकी बंदगी नहीं करता तो वो हवा की न्याई पशुओं की न्याई। उस बाबर ने कहा कि तुहाडी दीन की पातशाही दुनिया की पातशाही बाबर की जिहड़ी झूठी पातशाही मनेगी दीन की पातशाही गुरु नानक की। अज दुनिया की पातशाही झूठी पातशाही सच्ची पातशाही के तख्त को चला रही है निर्देश दे रही आदेश दे रही उस तरह ही साडे नकली के बनाए हुए तो जिहड़े हाथों च खेडण वाले जिहड़े करतार तो बेमुख लोग ने जिहड़े निगोरे लोग ने जिहड़े व्यापारी लोग ने उन्होंने हाथों च खेडण वालों के वो पंज प्यारे नचण दे ताल मदीरे घट के काट दौल दुनिया वाजे वाज नात नाचे कड़का पाओ जती सती कह रखे पाओ। गुरु नानक साहब कहते हैं कि जेडे हिरदे हरेक हिरदे ढोलकी छाने बजन डे ने माया दे मोह की ढोलकी बजन डी है चिमटे बजन डे ने तेरे साज मस्त होके मन जरा नची जा रहा नात बन के नात नाचे कड़का पाओ जती सती कह रखे पाओ। गुरु नानक साहब सवाल करते हम तुम दसो कि कोई जती सती हो कितने पैर रखे तो सात संगत जी थोड़ा पर उपकार आने वाली पीढ़ियां मनगिया मेरी मेरा फर्ज बनना सी मैं होगा देवा तो जगाव वो मैं जगाते रहना मैं कई साल मैंने तकरीबन 25 साल हो गए रौला पाद्या मैं रिपन चकार तक से लिख के दिता कि प्रकाश सिंह बादल सिखी के रूप से अमर वेल है इस बंदे अमर वेल में कट के सुन दो पेड़ तो नहीं तो सिखी का रुख सुक जाऊगा अच्छे सुखा पै जो तो मैं 25 साल तो मैं कोई पार्टियां के फायदे नहीं लै मैं कोई MLA या इलेक्शन नहीं लड़े MP दे मैं गुरु घर की इस निगरानी इस पहरेदारी अपना आपा लाया तो गांह भी लगता रहो मेरा कोई निजी स्वार्थ नहीं मेरी 69 साल की उम्र हो चुकी है ये परमात्मा ने 1-2-3 साल जोड़े भी दिते इन्होंने 2-3 साल मैं बेईमान नहीं हो लगा तो किराए नहीं पा लगा मेरी जो बेनती मान लोगे तो आने वाली थोड़िया नस्ल जड़िया सुधर जाए एजुकेशन प्राप्त कर लेनी है बीमार को इलाज मिलेगा यात्रों कितनी सुपने तो नहीं सोचोगे किसी लीडर की जी सिक्योरिटी वो साड़िया सलावान भर अजे ये जेडे कहते सू आंकड़े दो मैं आंकड़े देना मैं तुम्हें तो कह रहा तुम अमृतसर की सलाह मजिठिए परिवार बादल के परिवार ने उन्होंने सिक्योरिटी लिए रिटन च लिख के रजिस्टर से लिख के उन्होंने ना की हुई मुकरो किमें मुकरते कोई प्रधान मैं जवाब दे सकत्र जवाब दे जरा कहता आंकड़े दो हम आंकड़े मेरे को लवे जे प्यो का पोता तो दिखावे
रजिस्टर दिखावे उस सरां दा जिहड़ी सरां च सिक्योरिटी रहिंदी है, जिहदे ते दस्से सिक्योरिटी नहीं बणिया ने। सिख धक्के खांदे ने उत्थे सड़कां ते सौंदे ने रात नूं, तुसीं सरावां दिओ पुलिस नूं जिहड़ियां उत्थे शराबां पीती। पूरा 26 सैक्टर दा पूरा दुरूप कर गई धर्मवाद जिहड़ा ਉਹ ਇਹਨਾਂ ਨੇ ਚੌੜੀ ਬਣਾ ਰੱਖੀ ਹੈ। ਤੋ ਗੁਰੂ ਘਰ ਦੀਆਂ ਜਾਇਦਾਦਾਂ ਵਿਕਣੀਆਂ ਬਚਾਈਏ, ਗੁਰੂ ਘਰ ਦੇ ਸਲਾਦ ਬਚਾਈਏ। ਇਹ ਪੰਥ ਤੇ ਗ੍ਰੰਥ ਦਾ ਸਲਾਦ ਜਿਹੜਾ ਸਾਡੀ ਸਰਪ੍ਰਸਤੀ ਕਰਦਾ। ਦਸਮ ਪਾਤਸ਼ਾਹ ਜੀ ਤੋਂ ਬਾਅਦ ਅਸੀਂ ਲਵਾਸ ਨਹੀਂ ਹੋਏ। ਦਸਮ ਪਾਤਸ਼ਾਹ ਜਦੋਂ ਜੋਤੀ ਜੋ ਸਮਾ ਗਏ ਉਦੋਂ ਸਾਨੂੰ ਇਹ ਉਪਦੇਸ਼ ਦੇ ਗਏ ਮੇਰੀ ਆਤਮਾ ਗ੍ਰੰਥ ਵਿੱਚ, ਪ੍ਰਾਣ ਪੰਥ ਵਿੱਚ। ਪ੍ਰਾਣ ਪੰਜ ਪਿਆਰੇ, ਆਤਮਾ ਮੇਰੀ ਗੁਰੂ ਗ੍ਰੰਥ ਸਾਹਿਬ। ਜਿਹਨੇ ਮੇਰੀ ਆਤਮਾ ਦੇ ਦਦਾਰ ਕਰਨੇ ਹੋਣ ਗੁਰੂ ਗ੍ਰੰਥ ਸਾਹਿਬ ਪੜ੍ਹਿਓ, ਦਸਾਂ ਪਾਤਸ਼ਾਹੀਆਂ ਦੀ ਬਾਣੀ ਪੜ੍ਹਿਓ। ਜਿਹਨੇ ਮੇਰੇ ਸਰੀਰ ਦੇ ਦਰਸ਼ਨ ਕਰਨੇ ਹੋਣ ਪੰਜਾਂ ਦੇ ਕਰਿਓ। ਪਰ ਪੰਜ ਉਹ ਸੀ ਜਿਹਨਾਂ ਨੇ ਕਦੀ ਗੁਰੂ ਸਾਹਿਬ ਨੂੰ ਵੀ ਅੱਗੇ ਖੜਾ ਕਰ ਲਿਆ। ਏਡੀ ਹਿੰਮਤ! ਗੁਰੂ ਸਾਹਿਬ ਨੇ ਕਿਹਾ ਤੁਹਾਨੂੰ ਸਿੰਘ ਸਜਾਇਆ, ਹੁਣ ਦਾਸ ਨੂੰ ਵੀ ਸਿੰਘ ਕਰੋ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਕਰੋ। ਤੇ ਉਹ ਪੰਜਾਂ ਦਾ ਜਵਾਬ ਸੀ ਜੀ, ਸੀਸ ਦੇ ਕੇ ਲਈ ਅਦਾਲਤ, ਤੁਸੀਂ ਕੀ ਲੈ ਕੇ ਆਏ? ਅੱਜ ਪੰਜ ਪਿਆਰਿਆਂ ਚੋਂ ਕੋਈ ਕਰੂਗਾ ਹਿੰਮਤ ਆਪਣੇ ਲੀਡਰ ਨੂੰ ਕਹਿਣ ਦੀ ਕਿ ਕੁਰਬਾਨੀ ਕਰ ਲੈ? ਨਹੀਂ, ਉਹ ਕੁਰਬਾਨੀ ਵਾਲੇ ਪੰਜਾਂ ਦੀ ਸੰਸਥਾ ਸੀ, ਉਹ ਅੱਜ ਰੁਲ ਗਈ। ਉਹ ਅੱਜ ਨੌਕਰੀ 'ਚ ਤਬਦੀਲ ਹੋ ਗਈ। ਉਹਨੂੰ ਪ੍ਰਬੰਧਕ ਕਮੇਟੀ ਨੇ ਆਪਣਾ ਨੌਕਰ ਬਣਾ ਲਿਆ, ਪ੍ਰਬੰਧਕ ਕਮੇਟੀ ਨੌਕਰ ਬਣ ਗਈ ਸੈਂਟਰ ਸਰਕਾਰ ਦੀ। ਸਾਡੇ ਕੋਲ ਕੀ ਰਹਿ ਗਿਆ? ਸਾਡਾ ਧਰਮ ਵੀ ਸੈਂਟਰ ਸਰਕਾਰ ਚਲਾਵੇ, ਪੰਜਾਬ ਸਰਕਾਰ ਚਲਾਵੇ, ਤੇ ਅਸੀਂ ਕਿੱਥੇ ਕਾਹਦੇ ਜੋਗੇ ਰਹਿ ਗਏ? ਧਰਮ ਦੀ ਜਿਹੜੀ ਵੱਡੀ ਸ਼ਹਾਦਤ ਦਿੱਤੀ ਇਸ ਧਰਮ ਲਈ ਦਸਮ ਪਾਤਸ਼ਾਹ ਨੇ, ਉਹਦੀ ਕੀਮਤ ਅਸੀਂ ਕੀ ਪਾ ਰਹੇ? ਮੇਰਾ ਇੰਨਾ ਕਰਾਉਣਾ, ਜੇ ਤੁਸੀਂ ਸਮਝ ਲਓਗੇ, ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੋ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਆਪਣੇ ਸਰੂਪ ਠੀਕ ਕਰੋ। ਜਿਹਨਾਂ ਨੇ ਵੀ ਬੇਅਦਬੀ ਕੀਤੀ ਕੇਸਾਂ ਦੀ, ਕਿਉਂਕਿ ਵੋਟ ਉਹਦੀ ਬਣਨੀ ਜਿਹਦਾ ਸਾਬਤ ਸੂਤ ਦਿਸਦਾ। ਅੰਮ੍ਰਿਤਧਾਰੀ ਬੇਸ਼ੱਕ ਨਾ ਹੋਵੇ, ਪਰ ਸਾਬਤ ਸੂਤ ਦਿਸੇ, ਦਸਤਾਰ ਸਿਰ ਤੇ ਹੋਏ, ਦਾੜਾ ਭਾਵੇਂ ਮੱਝਾ ਹੋਵੇ ਭਾਵੇਂ ਖੁੱਲ੍ਹਾ ਹੋਵੇ, ਪਰ ਸਾਬਤ ਸੂਤ ਉਹਦੀ ਵੋਟ ਬਣਨੀ ਹੈ। ਵੋਟ ਦੇ ਫੋਟੋ ਦੇ ਨਾਲ ਬਣਨੀ, ਉਹਦੀ ਵੋਟ ਬਣਨੀ ਤੇ ਉਹਦੀ ਹੀ ਪੈਣੀ ਹੈ। ਸਹਿਕਾਰੀ ਦੀ ਵੋਟ ਹੈ ਨਹੀਂ, ਬੀਬੀਆਂ ਭੈਣਾਂ ਦੀ ਵੋਟ ਸਾਰੀ ਪੂਰੀ ਦੀ ਪੂਰੀ ਪੈਣੀ ਹੈ, ਜਿੰਨੀ ਬਣੂਗੀ ਪੈਣੀ ਪੈਣੀ ਹੈ। ਅਤੇ ਬੀਬੀਆਂ ਭੈਣਾਂ ਮਾਈ ਭਾਗੋ ਦੀਆਂ ਧੀਆਂ ਬਣ ਕੇ ਇਸ ਪੰਥ ਨੂੰ ਬਚਾਉਣ, ਇਹ ਬਚਾ ਸਕਦੀਆਂ ਨੇ। ਅੱਜ ਅਸੀਂ ਆਪਣੀਆਂ ਪਾਰਟੀਆਂ ਅਤੇ ਆਪਣੇ ਧੜੇ 'ਤੇ ਆ ਕੇ ਆਪਣਾ ਧੜਾ, ਜਿਹੜਾ ਗੁਰੂ ਦਾ ਧੜਾ, ਹਮਰਾ ਧੜਾ ਹਰ ਰਿਹਾ ਸਮਾਏ। ਗੁਰੂ ਸਾਹਿਬ ਕਹਿੰਦੇ ਨੇ, ਕਿਸੇ ਨੇ ਪੁੱਤ ਨਾਲ, ਭਤੀਜੇ ਨਾਲ, ਕਿਸੇ ਨੇ ਜਵਾਈ ਨਾਲ ਕੀਤਾ, ਪਰ ਹਮਰਾ ਧੜਾ ਹਰ ਰਿਹਾ ਸਮਾਏ। ਜਿਹੜੇ ਉਹ ਪਰਮਾਤਮਾ ਦੇ ਭਗਤ ਨੇ, ਉਹਨਾਂ ਨਾਲ ਸਾਡਾ ਧੜਾ। ਇਹ ਜਿਹੜੀ ਵੱਡੀ ਥਾਂ ਹੈ ਸਾਨੂੰ ਗੁਰੂ ਸਾਹਿਬ ਨੇ ਦਿੱਤੀ, ਮੀਰੀ ਅਤੇ ਪੀਰੀ ਦੀ, ਇਹ ਉਹ ਥਾਂ ਹੈ ਜਿੱਥੇ ਅਕਾਲ ਪੁਰਖ ਦਾ ਧੜਾ ਪੱਲਰ ਸਕਦਾ, ਜਿੱਥੇ ਅਕਾਲ ਪੁਰਖ ਨੂੰ ਪੂਜਣ ਵਾਲੇ ਹੀ ਬੈਠ ਸਕਦੇ। ਇਹ ਅਕਾਲ ਪੁਰਖ ਹੈ ਜਿਹਨੂੰ, ਜਿਹੜਾ ਆਪਣੀ ਥਾਂ 'ਤੇ ਆਇਆ ਅਤੇ ਆਲ ਓਵਰ ਵਰਲਡ ਦੇ ਵਿੱਚ ਵੱਸਦੇ ਸਿੱਖ ਜਿਹੜੇ ਨੇ, ਇਹਨੂੰ ਮੱਥਾ ਟੇਕਣਗੇ। ਸਿਰਫ ਇਹ ਨਹੀਂ, ਉਹਨਾਂ ਦੀਆਂ ਸਰਕਾਰਾਂ ਵੀ ਮੱਥਾ ਟੇਕਣਗੀਆਂ, ਸਾਡੀਆਂ ਸਰਕਾਰਾਂ ਵੀ ਟੇਕਣਗੀਆਂ, ਪਰ ਜੇ ਆਪਣੀ ਥਾਂ 'ਤੇ ਹੋਵੇ। ਪਰ ਜੇ ਅਕਾਲ ਤਖ਼ਤ ਨੂੰ ਵੀ ਮੱਥਾ ਟਿਕਾਉਣ ਲਈ ਦਿੱਲੀ ਲੈ ਲਓ, ਤਾਂ ਫਿਰ ਸਾਡਾ ਕੀ ਬਣੂਗਾ? ਇੰਨੀਆਂ ਕੁ ਮੇਰੀਆਂ ਬੇਨਤੀਆਂ, ਤੁਸੀਂ ਸਵੀਕਾਰ ਕਰਿਓ, ਇਸ ਨੂੰ ਛੋਟਾ ਨਾ ਕਰਕੇ ਲਿਓ। ਪੰਥ ਦੇ ਗ੍ਰੰਥ ਦਾ ਸੁਧਾਰ ਜਿਉਂਦਾ ਰਹੂਗਾ, ਅਤੇ ਅਸੀਂ ਅੰਮ੍ਰਿਤ ਪਾਨ ਕਰਨ ਲਈ ਪੰਜਾਂ ਕੋਲ ਚਲੇ ਜਾਵਾਂਗੇ। ਜੇ ਅੰਮ੍ਰਿਤ ਪਾਨ ਕਰਨ ਤੋਂ ਬਾਅਦ ਸਿੰਘ ਸਾਜਾਂਗੇ, ਅਤੇ ਪੰਜਾਂ ਦੀ ਪ੍ਰਣਾਲੀ ਜਿਹੜੀ ਅਕਾਲ ਤਖ਼ਤ 'ਤੇ ਸੁਸ਼ੋਭਿਤ ਹੋਊਗੀ। ਜਿਹੜਾ ਗੁਰੂ ਘਰ ਦਾ ਗਦਾਰੀ ਕਰਦਾ, ਉਹਦੇ ਗੱਲ 'ਚ ਸਾਫਾ ਪਾ ਕੇ ਅਕਾਲ ਤਖ਼ਤ 'ਤੇ ਖੜ੍ਹਾ ਕਰੇ, ਪੰਜ ਪਾਰੇ ਪੰਜ ਪਿਆਰੇ ਕਰਨ, ਪੰਥ ਦੇ ਗ੍ਰੰਥ ਦਾ ਸੁਧਾਰ ਕਰੇ ਅਤੇ ਦੁਨੀਆਂ ਦੇਖੇ, ਤਾਂ ਕਿ ਅੱਗੇ ਤੋਂ ਕੋਈ ਲੀਡਰ ਇਸ ਤਰ੍ਹਾਂ ਕੌਮ ਨਾਲ ਗਦਾਰੀ ਨਾ ਕਰੇ। ਪਰ ਅੱਜ ਕਿਹਦੀ ਹਿੰਮਤ ਹੈ? ਅੱਜ ਮਰਿਆਦਾ ਹੀ ਚੇਂਜ ਹੋ ਗਈ। ਜਦੋਂ ਬਾਦਲ ਪਰਿਵਾਰ ਨੇ ਦੇਖਿਆ ਕਿ ਸਾਡਾ ਹੁਣ ਗੁਜ਼ਾਰਾ ਨਹੀਂ, ਇੱਥੇ ਮਾਫ਼ੀ ਮੰਗਿਆ ਤੋਂ ਬਿਨਾਂ ਲੋਕ ਐਂ ਕਹਿ ਰਹੇ ਨੇ, ਐਂ ਕਹਿ ਰਹੇ ਨੇ, ਅਤੇ ਹੱਲ ਕੀ ਕੱਢਿਆ? ਉਹ ਹਰਪ੍ਰੀਤ ਸਿੰਘ ਨੂੰ ਕਿਹਾ ਤੂੰ 2 ਦਿਨ ਛੁੱਟੀ ਲੈ ਲੈ। ਉਹ ਛੁੱਟੀ ਲੈ ਕੇ ਚਲੇ ਗਿਆ ਅਤੇ ਇੱਕ ਕਾਗਜ਼ ਦੇ ਉੱਤੇ ਲਿਖ ਦਿੱਤਾ ਕਿ ਜੇ ਜੀ ਬੜੀ ਸੇਵਾ ਕੀਤੀ ਜੀ ਅਸੀਂ ਕੌਮ ਦੀ ਇੰਨੇ ਸਾਲਾਂ ਤੋਂ, ਜੇ ਕਿਤੇ ਜਾਣੇ ਜਾਣੇ 'ਚ ਗਲਤੀ ਹੋ ਗਈ ਹੈ ਤਾਂ ਸਾਨੂੰ ਮਾਫ਼ ਕਰ ਦਿੱਤਾ। ਅਤੇ ਉਹ ਉਹਨੂੰ ਗ੍ਰੰਥੀ ਨੂੰ ਬੇਨਤੀ ਅਤੇ ਅਰਦਾਸ ਕਰਦੇ ਹੈ ਹੱਥ 'ਚ ਫੜ ਕੇ। ਉਹਨੇ ਗ੍ਰੰਥੀ ਨੇ ਸਾਹਮਣੇ ਰੱਖ ਕੇ ਅਰਦਾਸ ਦੇ ਰੂਪ 'ਚ ਉਹ ਪੜ੍ਹ ਕੇ ਅਤੇ ਅਰਦਾਸ ਕਰ ਦਿੱਤੀ, ਅਤੇ ਪਿਓ ਪੁੱਤ ਜਿਹੜਾ ਲੋਕਾਂ ਦੀਆਂ ਜੁੱਤੀਆਂ ਕਾਲੀਆਂ ਕਰਕੇ ਚਿੱਟੇ ਬੋਲ ਵੀ ਪਾਸ ਕਰ ਲਾ। ਇਹ ਸਾਡੀਆਂ ਪਰੰਪਰਾਵਾਂ ਨਹੀਂ, ਸਾਡੀ ਪਰੰਪਰਾ ਕੌਮ ਦੇ ਬਾਦਸ਼ਾਹ ਨੂੰ ਅੱਗੇ ਖੜ੍ਹਾ ਕਰਦੀ ਜੇ ਉਹ ਦੇਣਦਾਰ ਹੋਵੇ।
ਇਹ ਸਾਡੀਆਂ ਪਰੰਪਰਾਵਾਂ ਬਚੀਆਂ ਰਹਿਣਗੀਆਂ ਅਤੇ ਸਾਡੀ ਕੌਮ ਜਿਉਂਦੀ ਰਹੂਗੀ, ਨਹੀਂ ਤਾਂ ਅਸੀਂ ਅੱਜ ਵੀ ਨਹੀਂ ਅਤੇ ਅਸੀਂ ਕੱਲ੍ਹ ਵੀ ਨਹੀਂ। ਧੜੇਬਾਜ਼ੀਆਂ 'ਚ ਸਾਡੀਆਂ ਸਰਕਾਰਾਂ ਵੀ ਗਈਆਂ, ਸਾਡੀ ਸਾਡੀ ਜਿਹੜੀ ਧਰੋਹਰ ਸੀ ਧਰਮ ਨੇ ਉਹ ਵੀ ਗਈ ਅਤੇ ਇਹ ਪ੍ਰਬੰਧਕ ਕਮੇਟੀ ਵੀ ਗਈ, ਉਹਦੀਆਂ ਜਾਇਦਾਦਾਂ ਵੀ ਗਈਆਂ। ਇਹ ਸਿਧਾਂਤ ਬਚਾ ਲਈਏ, ਜੇ ਸਮਾਂ ਆ ਗਿਆ ਤਾਂ ਸਮਾਂ ਰੋਜ਼ ਨਹੀਂ ਮਿਲਣਾ, ਹੁਣ 13 ਸਾਲਾਂ ਬਾਅਦ ਹੁਣ ਇਲੈਕਸ਼ਨਾਂ ਹੋਣਗੀਆਂ। ਜੇ ਵੀ ਅਸੀਂ ਸਮਾਂ ਗਵਾ ਲਿਆ ਚੰਗੇ ਸਿੱਖ ਅੱਗੇ ਨਾ ਲਿਆਉਂਦੇ, ਇਹ ਕਿਸੇ 'ਤੇ ਰੋਕਣਾ ਕੋਈ ਕਿਸੇ 'ਤੇ ਰੋਕ ਉਹਨਾਂ ਨੂੰ ਦਿੰਦੇ ਦੇ ਰਹੇ ਕੱਢਦੇ ਰਹੇ ਫਿਰ ਗੱਲ ਨਹੀਂ ਬਣਨੀ। ਗੁਰਸਿੱਖ ਅੱਗੇ ਲਿਆਓ ਜਿਹਨਾਂ 'ਤੇ ਤੁਹਾਨੂੰ ਯਕੀਨ ਹੈ, ਜਿਹੜੇ ਆਪਣੇ ਆਪਣੇ ਖੇਤਰ ਦੇ 'ਚ। ਮੈਨੂੰ ਬਹੁਤ ਚੰਗਾ ਲੱਗਾ ਤੁਸੀਂ ਲੁਧਿਆਣੇ ਦੇ ਸਿੱਖਾਂ ਨੇ ਆਪਣੀ ਟੀਮ ਬਣਾਈ ਹੈ, ਉਹ ਟੀਮ ਦਾ ਵਿਸਾਰ ਹੋਰ ਕਰੋ, ਹਰੇਕ ਇਲਾਕੇ 'ਚ ਉਹ ਸਿੱਖ ਲੱਭੋ ਜਿਹਨੂੰ ਸਿੱਖ ਚਾਹੁੰਦੇ ਨੇ, ਜਿਹਨੂੰ ਸਿੱਖ ਵੋਟ ਪਾਉਣਾ ਚਾਹੁੰਦੇ ਨੇ ਉਹ ਸਿੱਖ ਲੱਭੋ, ਉਹਨੂੰ ਅਸੀਂ ਘਰ ਆ ਕੇ ਟਿਕਟ ਦੇਵਾਂਗੇ। ਉਹ ਨਾ ਤਾਂ ਕਿਤੇ ਭੱਜ ਸਕਦਾ ਅਤੇ ਨਾ ਗਦਾਰੀ ਕਰ ਸਕਦਾ, ਕਿਉਂਕਿ ਤੁਹਾਡਾ ਚੁਣਿਆ ਹੋਇਆ, ਤੁਹਾਡੇ ਵਿੱਚ ਰਹਿਣਾ। ਜਦੋਂ ਛਤਰੀ ਨਾਲ ਉੱਤੋਂ ਆਉਂਦੇ ਨੇ ਨਾ ਜਿਹੜੇ, ਉਹ ਨਹੀਂ ਫਿਰ ਬਦਲਦੇ, ਉਹ ਤਾਂ ਧਰਮ ਤਿਆਗ ਜਾਂਦੇ ਆ, ਆਪਣਾ ਧੜਾ ਨਹੀਂ ਤਿਆਗ। ਇਹ ਆਪਾਂ ਇਸ ਤਰ੍ਹਾਂ ਦੀ ਪ੍ਰਣਾਲੀ ਬਣਾਈਏ। ਮੈਂ ਧੰਨਵਾਦ ਕਰਦਾ ਸਮੂਹ ਸੰਗਤਾਂ ਦਾ, ਇਲਾਕੇ ਵਾਸੀਆਂ ਦੇ, ਜਿਹੜੇ ਤੁਸੀਂ ਇੰਨਾ ਸਮਾਂ ਕੱਢ ਕੇ ਦੋਨੋਂ ਆਇਓ, ਖਾਸ ਕਰਕੇ ਲਾਬੀਆਂ ਤੋਂ ਸਰਪੰਚ ਸਾਹਿਬ ਦੇ ਘਰੋਂ ਚੱਲਣਾ ਸੀ, ਆਪ ਹੰਬੜਾਂ ਦੀ ਸੰਗਤ ਨੇ, ਸਿੱਧਵਾਂ ਦੀ ਸੰਗਤ ਨੇ, ਸਾਰਿਆਂ ਨੇ ਮੇਰੀ ਵੇਟ ਕਰਦੇ ਰਹੇ। ਪਰ ਮੈਂ ਅੰਮ੍ਰਿਤਸਰ ਰਾਤ ਦਾ ਗਿਆ ਸੀ, ਉੱਥੇ ਬਿਜੀ ਹੋਣ ਕਰਕੇ ਮੈਂ ਨਹੀਂ ਪਹੁੰਚ ਸਕਿਆ, ਮੈਂ ਮਾਫ਼ੀ ਚਾਹੁੰਦਾ। ਪਰ ਮੈਂ ਅੱਗੇ ਤੋਂ ਤੁਸੀਂ ਕੋਈ ਵੀ ਉਧਰ ਦੇ ਪਾਸੇ ਨੇੜੇ ਜਿਹੜਾ ਤੁਹਾਨੂੰ ਪਵੇ ਕੋਈ ਪ੍ਰੋਗਰਾਮ ਦੇਖ ਲਓ, ਮੈਂ ਜਦੋਂ ਬੁਲਾਓਗੇ ਮੈਂ ਹਾਜ਼ਰ ਹੋਊਂਗਾ, ਜਿੱਥੇ ਬੁਲਾਓ ਹਾਜ਼ਰ ਹੋ, ਭਾਵੇਂ 10 ਸਿੰਘ ਬੁਲਾਓ ਪਿੰਡ ਦੇ ਵਿੱਚ। ਤੋ ਹਰੇਕ ਪਿੰਡ ਦੇ ਵਿੱਚ ਆਪਣਾ ਬੂਥ ਜਿਹੜਾ ਉਹਨੂੰ ਕੈਦ ਕਰੀਏ, ਤਾਂ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਵੋਟਾਂ ਵੀ ਪਾਉਣੀਆਂ ਨੇ ਅਤੇ ਵੋਟਾਂ ਭੜਕਾਉਣੀਆਂ ਵੀ, ਤਾਂ ਸਾਡੇ ਇਹ ਚੇਂਜ ਆਉਣਾ। ਜਦੋਂ ਚੇਂਜ ਆਇਆ ਗੁਰੂ ਅਰਜਨ ਪਾਤਸ਼ਾਹ ਦੀਆਂ ਖੁਸ਼ੀਆਂ ਤੁਹਾਡੇ 'ਤੇ ਹੋਣਗੀਆਂ, ਤੁਹਾਡੇ ਪਰਿਵਾਰਾਂ 'ਤੇ ਹੋਣਗੀਆਂ, ਦਸਮ ਪਿਤਾ ਅਤੇ ਉਹਦੇ ਬੱਚੇ ਕਿ ਮਾਣ ਮਹਿਸੂਸ ਕਰਨਗੇ ਕਿ ਇਹਨਾਂ ਸਿੱਖਾਂ ਨੇ ਅਸੀਂ ਸੀਸ ਦੇ ਕੇ ਇਹ ਧਰਮ ਬਚਾਇਆ ਸੀ। ਸੋ ਧੰਨ ਧੰਨ ਗੁਰਦੇਵ ਸੁਧ ਤਨ ਕੋ ਲੋਭ ਨਾ ਕੀਨ, ਧਰਮ ਰਾਖਲ ਸੋਗ ਹੈ ਦਾਦੇ ਸਿਉ ਦਾਦਾ ਸਲੀਮ, ਗੁਰੂ ਤੇਗ ਬਹਾਦਰ ਕੇ ਪੁੱਤਰੇ ਗੋਬਿੰਦ ਸਿੰਘ ਕੇ ਪੂਤ, ਧਰਮ ਹੇਤ ਸੀਸਨ ਦੇ ਪਰਬਲ ਪੰਥ ਪੈ ਸੋ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਸਿੱਧਕ ਲਈ ਦਿੱਤਾ, ਸੀਸ ਦੇ ਦਿੱਤਾ, ਇਸੇ ਤਰ੍ਹਾਂ ਉਹਦੇ ਪੋਤਰਿਆਂ ਨੇ, ਉਹ ਸੂਬੇ ਨੇ ਜਦੋਂ ਕਿਹਾ ਨਾ ਕਰੋ ਜਿਵਾ ਮਾਰੋ ਜਾਨ, ਜਾਂ ਤੇ ਮੁਸਲਮਾਨ ਬਣੋ ਨਹੀਂ ਤੇ ਆਪਣਾ ਮਰੋ, ਮਰਨ ਲਈ ਤਿਆਰ ਰਹੋ। ਉਹਨਾਂ ਕਹਿੰਦੇ ਅਸੀਂ ਆਪਣੇ ਦਾਦੇ ਦੀ ਤਰ੍ਹਾਂ ਮਰਨ ਨੂੰ ਤਿਆਰ, ਸਾਡਾ ਸੀਸ ਆਦਰ ਹੈ ਸਿੱਧਕ ਨਹੀਂ, ਸੀਸ ਦੀਆ ਪਰ ਸਿੱਧਕ ਨਾ ਦੀਆ। ਇਸ ਤਰ੍ਹਾਂ ਦੀਆਂ ਸ਼ਹਾਦਤਾਂ ਦੇ ਕੇ ਧਰਮ ਵਜਾਇਆ। ਅੱਜ ਆਪਣੇ ਥੋੜ੍ਹੇ ਜਿਹੇ ਹਮਲੇ ਦੀ ਜ਼ਰੂਰਤ ਹੈ, ਉਤਸ਼ਾਹ ਦੀ ਜ਼ਰੂਰਤ ਹੈ, ਆਪਣੇ ਅਵੇਸਲਾਪਨ ਤਿਆਗ ਕੇ ਉਦਮ ਵਿੱਚ ਆਉਣ ਦੀ ਲੋੜ ਹੈ। ਕਿਸੇ ਨੂੰ ਮਾਰਨ ਦੀ ਲੋੜ ਨਹੀਂ, ਕਿਸੇ ਨੂੰ ਕੁੱਟਣ ਦੀ ਲੋੜ ਨਹੀਂ, ਕਿਸੇ ਨੂੰ ਗਾਲ ਕੱਢਣ ਦੀ ਲੋੜ ਨਹੀਂ। ਬੜੀ ਸਿਆਣਪ ਦੇ ਨਾਲ ਇਹ ਜਿਹੜਾ ਵੋਟਾਂ ਦਾ ਸਿਲਸਿਲਾ ਤੁਸੀਂ ਸਿਆਣਪ ਨਾਲ ਜਿੱਤ ਸਕਦੇ ਹੋ। ਇਹ ਮੱਸੇ ਲੰਘਣ ਵਾਲੀ ਲੜਾਈ ਨਹੀਂ, ਜਿਹੜੀ ਇੱਕ ਦੋ ਸਿੰਘਾਂ ਦੇ ਨਾਲ ਲੜੀ ਜਾਵੇ ਉਹ ਲੜਾਈ ਹੁੰਦੀ, ਮੈਂ ਤੁਹਾਨੂੰ ਕਦੀ ਕਸਰਾਂ ਦਿੰਦਾ। ਇਹ ਲੜਾਈ ਤੁਸੀਂ ਸਾਰਿਆਂ ਨੇ ਮਿਲ ਕੇ ਲੜਨੀ ਤਾਂ ਸਿਰੇ ਲੱਗਣੀ ਹੈ, ਅਤੇ ਇਹਦਾ ਫਲ ਪਰਮਾਤਮਾ ਤੁਹਾਨੂੰ ਜ਼ਰੂਰ ਦਊਗਾ। ਤੁਹਾਡੀ ਹਿਰਦਾ ਸ਼ੁੱਧ ਆ, ਤੁਹਾਡੀ ਆਤਮਾ ਸੁੱਚੀ ਆ, ਤੁਸੀਂ ਦਸਾਂ ਨੌਂ ਦੀ ਕਿਰਤ 'ਚੋਂ ਦਸੌਂਧ ਦਿੰਦੇ ਹੋ, ਉਹ ਠੀਕ ਥਾਂ 'ਤੇ ਨਹੀਂ ਲੱਗਦਾ, ਇਸ ਕਰਕੇ ਤੁਸੀਂ ਬੇਚੈਨ ਹੋ। ਤੁਸੀਂ ਆ ਕਣਕ ਦੇ ਕੇ ਆਉਂਦੇ ਹੋ ਹਰਿਮੰਦਰ ਸਾਹਿਬ, ਜਦੋਂ ਕਣਕ ਆਉਂਦੀ ਆ ਉਦੋਂ ਕਿੰਨੀਆਂ ਅਰਦਾਸਾਂ ਕਰਦੇ ਸੱਚੇ ਪਾਤਸ਼ਾਹ, ਮੀਂਹ ਹਨੇਰੀ ਨਾ ਆਵੇ, ਚੰਗੀ ਚੰਗੀ ਫਸਲ ਘਰ ਆਵੇ, ਅਸੀਂ 1 ਕੁਇੰਟਲ ਚੜ੍ਹਾ ਕੇ ਆਵਾਂਗੇ ਲੰਗਰ, ਉਹ 8000 ਕੁਇੰਟਲ ਬਣਦੀ ਕਣਕ ਔਸਤ। 8000 ਕੁਇੰਟਲ ਉਹ 8000 ਕੁਇੰਟਲ ਜਿਹੜੀ ਆਪਣੇ ਫਾਰਮ ਹਾਊਸਾਂ ਤੋਂ ਆਉਂਦੀ ਆ, ਪ੍ਰਬੰਧਕ ਕਮੇਟੀ ਦੇ ਫਾਰਮ ਹਾਊਸਾਂ ਤੋਂ ਆਪਣੀ ਬੀਜੀ ਹੋਈ, ਤੋ 16000 ਕੁਇੰਟਲ ਇੱਕੇ ਦਿਨ ਇਹ ਮਿੱਲਾਂ ਨੂੰ ਦੇ ਦਿੰਦੇ। ਉਹਦੇ ਤੋਂ ਬਾਅਦ ਫਿਰ ਬੋਰੀਆਂ ਕਮਿਸ਼ਨ 'ਚ ਲੈ ਲਿਆ ਕੇ ਆਟਾ ਅਤੇ ਰੋਟੀਆਂ ਪਾਉਂਦੇ। ਇਹ ਸਾਡੀ ਹਾਲਤ ਆ, ਸਾਡੇ ਬੱਚੇ ਗਰੀਬ ਬੱਚੇ ਜਿਹੜੇ ਨੇ ਉਹ ਬਾਰਡਰ ਬੈਲਟ ਦੇ ਸਾਰੇ ਸਾਈਂ ਸਕੂਲਾਂ 'ਚ 10+2 ਤੱਕ ਉਹਨਾਂ ਦੀ ਡਿਮਾਂਡ ਆ ਕਿ ਅਸੀਂ ਪੜ੍ਹਾਵਾਂਗੇ, ਫ੍ਰੀ ਪੜ੍ਹਾਵਾਂਗੇ, ਤੁਸੀਂ ਸਾਡੇ ਨਾਲ ਚੱਲੋ, ਸਾਡੇ ਬਣ ਕੇ ਚੱਲੋ, ਵਸਾਈ ਬਣ ਕੇ ਚੱਲੋ। ਅਤੇ ਇਹ ਬੱਚਿਆਂ ਦੀ ਮਜ਼ਬੂਰੀ ਬਣੀ ਕਿ ਇਹਨਾਂ ਬੱਚਿਆਂ ਨੂੰ ਅਸੀਂ ਬਚਾਈਏ। ਕਦੀ ਭਾਈ ਵੀਰ ਸਿੰਘ ਵਰਗਿਆਂ ਨੇ ਇਹ ਜਦੋਂ ਇਹੋ ਜਿਹੀ ਸਥਿਤੀ ਆਈ ਸੀ, 4 ਸਿੰਘ ਈਸਾਈ ਬਣੇ ਸੀ ਅਤੇ ਉਦੋਂ ਇਹ ਖਾਲਸਾ ਕਾਲਜ ਬਣਾਇਆ ਸੀ, ਉਦੋਂ ਪੜ੍ਹਾਈ ਵੱਲ ਗਿਆਨੀ ਦੇਵ ਸਿੰਘ ਜੀ, ਗੁਰਮਤ ਸਿੰਘ ਮਸਾਫਰ, ਇਹਨਾਂ ਨੇ ਵੱਡੇ ਵੱਡੇ ਸਰਦਾਰਾਂ ਨੇ ਵੱਡੇ ਵੱਡੇ ਸਰਦਾਰਾਂ ਕੋਲ, ਰਾਜਿਆਂ ਕੋਲ ਜਾ ਕੇ
क्या कि एक कौम बचाओ इन्हों राज ने जींद का राजा पटियाले का राजा कपूरथले का राजा फरीदकोट का राजा इन्ह राज ने खुदा पैसा दे के खालसा कॉलेज बनाया जोड़ा अज अमृतसर मौजूद है जिसे चुल्हा टैक्स लगा जिदे लोगों ने जमीन दान दिखा तुम हैरान हो गए उदो 93 रुपये की एकड़ की रजिस्ट्री हुई है उन्होंने दिनों 93 रुपये की एकड़ की उन्होंने दिनों की जमीन जो दान दिखा वो यूनीवर्सिटी बनी गुरु नानक देव यूनीवर्सिटी अजे भी जमीन इन्नी कि संभाली नहीं जाती पर जरा कॉलेज सेगा वह बाद के कुड़मा की जायदाद बढ़िया बैठा उत्थे होर कोई नहीं देख सकता वो कहते साढ़े व्डिया ने बनाया ये व्डिया ने 31,000 रुपया दिता से वो लिस्ट के ना लिखा हुआ पर ये व्डिया ने करतूतगी की जिते इट बनी भट्ठिया खालसा कॉलेज की वो इट जी उस टाइम के नाल मजीठिया हाउस बनया मजीठिया हाउस से अब भी इट पुट लो तो यदि इट पुट लो टैली कर लो जे जे कोई लेख दिखल आए दूजे भट्ठे से मैं निवे काम कर कब्जा कर लिया दो इलेक्शन हार चुका जिड़िया लगातार विधानसभा लगातार लोग सभा लगातार दो बाई इलेक्शन शर्म अजे नहीं आनी अजे भी कहते अजे भी एक तो घुआया जेल चुआ चलो कि असं 25 साल अजे होर कमेटी चलाई जो कि भाइया कि तरह लिख के दे गया जो गुरु गोबिंद सिंह की नोटिफिकेशन लिख के दे गया कि थोड़ी जायदाद इन्हों का लाभा ला दिए अपने गरीब बच्चों को कोई सहूलत दे दिए कौम का भविख जरा शीसा दूगा ये मेरिया बेनती है ये मेरिया योजना बहुत बहुत धन्यवाद करता तो बहुत बड़ी गिनती बहुत बहुत सिख आए जिहड़े एक एक हल्के भालू ने मैं चंगी तरह जानना सरपंचों की गिनती बहुत बड़े पैमाने से बड़े बड़े नामवरते कीमती सिख आए हैं जिन्होंने अभी करीब कह सकते असी तुहाडे सिर ते ही माण करते हैं कारपुर सच्चे बेग नूं कृपा करूगा कि तुहाडी कमाई तुहाडी मेहनत जिहड़ी है रंग लिआउगी कितें साडी सरकार होगी साढ़े कोल कुछ ना हो प्रबंधक कमेटी के कार तक हो सू किसी की टाय नहीं भननी पीती असी टौर ना जीने असी समय मान स्वतंत्रता होकर जीने असी दसम पातशाह दे सिख बन के जीने ये पार्टिया दियां अपनियां प्रॉब्लम ने अपनिया इन्हों पगा ने अपने इन्होंने डीट बनी हुई है अपने संविधान ने पर साडा संविधान सानू दसम पातशाह दे गए असी सिख किवें बन के रहना असी गुरु तो परादा किवें मंगनी है असी कानपुर सच्चे बेगरी की बाणी को अपनी हिरदे की खुराक किमें बना सब गुरु दस सकता कोई सरकार नहीं दस सकती तो अब साढ़े सिद्धांत नौकर बन जाए सरकार के सू कुछ मिलना है सो कानपुर सच्चे बेग को कृपा करे इस बहुत जल्दी वो दिन आए साड़िया सरकार शर्म आए जिस तरह हरियाणा च शर्म आ गई वो लगे बना रोडा इतने भी बननिया शुरू हो असी आस रखिए कि बहुत जल्द साढ़े चे चेंज दिन घड़िया होने दिनों साढ़े तो बहुत सरूप आ टाइम है असं अपने सरूप संभालिए असी ताकत बनीए अपनी तुम अपनी ताकत को संभालो जे सरूप दसम पातशाह का सरूप ना तो चंगा लगा तो होर कोई चंगा नहीं लगा जिस तरह की परमात्मा ने तुम्हें शक्ल दी वो मुताबिक सरूप दिता केस दिते ने मूँह के रहन गए तो चंगे लगे महाराज कृपा करे तुम गुरु को समर्पित होकर जीवन जियो परमात्मा दिया बख्शिया हुई दातों तुहाडे अगे पिछे होणगियां तुसीं उहनां दीआं दित्तीआं सुख सहूलतां भोगे तुहाडे घरां च रौनकां लगियां वड्डे दुख छोटे होके चले जाणगे जदों तुसीं गुरु दे मिशन दे विच आपणा हिस्सा पाओ सो समूह संगतां दा इलाकां वासियां दा बहुत बहुत धन्नवाद अज असीं महापुरख जिन्हां ने इत्थे बड़ी बंदगी कीती भाई साहब भाई रणजीत सिंह जी उहनां दे उस मुकाम ते बैठे हैं जिते उन्होंने कितने परमात्मा आराध्या कि अज असी देखते हैं कि गुरु घर की जमीन बिक रही पर कभी खंड ढाती सी अंग्रेज गौरमेंट ने अपने रकाबगंज गुरुद्वारे सड़क खुली कर ये सिख सके बाबा सुंदर सिंह जी सके भाई साहब भाई रणजीत सिंह जी सके कुछ सिख सके जोड़े उत्थे मोर्चा
ਸਿੱਖਾਂ ਲਾ ਕੇ ਬੈਠੇ, ਇੱਕ ਜਾਂ ਦੋ ਸਿੱਖਾਂ ਦੀ ਸ਼ਹਾਦਤ ਵੀ ਹੋਈ, ਦੁਆਰ ਅੰਗਰੇਜ਼ਾਂ ਨੇ ਫਿਰ ਉੱਥੇ ਕਰਕੇ ਦਿੱਤੇ। ਕਿੱਥੇ ਤੇ ਜ਼ਮੀਨ ਦੀ ਇੱਕ ਇੱਕ ਇੰਚ ਬਚਾਉਣ ਲਈ ਸ਼ਹਾਦਤਾਂ ਦਿੱਤੀਆਂ ਸਾਡੇ ਭਾਰਤੀ ਸਿੱਖਾਂ ਨੇ, ਤਾਂ ਸਾਡੀਆਂ ਅੱਖਾਂ ਸਾਹਮਣੇ ਵੇਚੀ ਜਾ ਰਹੇ ਨੇ ਸਾਡੇ ਲੀਡਰ, ਹੱਦ ਹੋ ਗਈ ਅਤੇ ਕਿਤੇ ਜਾਗਦਿਆਂ ਹੀ ਸੁੱਤੇ। ਸੂਫੀ ਮਤ ਨੇ ਕਿਹਾ ਕਿ ਇੱਕ ਸੁੱਤਿਆਂ ਹੀ ਜਿਵਾ ਵਾਸਲ ਹੋਏ, ਇੱਕ ਜਾਗਦਿਆਂ ਹੀ ਸੁੱਤੇ ਹੋ, ਹਉ ਕੁਰਬਾਨ ਤਿੰਨਾਂ ਤੋਂ ਬਾਹੋ ਜਿਹਨਾਂ ਖੂਬ ਪ੍ਰੇਮ ਦੇ ਦਿੱਤੇ। ਉਹ ਥੋੜ੍ਹੇ ਹੁੰਦੇ ਨੇ ਜਿਹੜੇ ਪ੍ਰੇਮ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਕੇ ਕੁਰਬਾਨੀ ਕਰਦੇ ਨੇ। ਕਾਲੇ ਪੱਟ ਨਾ ਚੜ੍ਹੇ ਸਫੇਦੀ ਕਾਗ ਨਾ ਥੀਂਦੇ ਬੱਗੇ, ਸ਼ਾਹ ਹੁਸੈਨ ਸ਼ਹਾਦਤ ਮਾਇਨ ਜਿਹੜੇ ਮਰਨ ਮਿੱਤਰਾਂ ਦੇ ਅੱਗੇ, ਜਿਸ ਪਿਆਰੇ ਸੋਨੇ ਕਿਸੇ ਅੱਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕਿ ਪਾਸੇ ਜੀਵਨ, ਗੁਰੂ ਦੇ ਹੋ ਕੇ ਮਰੀਏ ਸਾਡੀ ਗਤੀ ਹੋ। ਫੁੱਲ ਚੁੱਕ ਲਈ ਮਾਰੇ ਸੋ ਸੰਤਾਂ ਦਾ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ।